श्री गुरु नानक देव जी का 550वां प्रकाश पर्व 12 नवंबर को देश भर में धूमधाम से मनाया गया। वहीं हरियाणा के फतेहाबाद में गुरुबाणी गाती हुई सिरसा लोकसभा सांसद सुनीता दुग्गल दिखाई दी। सुनीता दुग्गल की गुरुबाणी गाते हुए की वीडियो सोशल मीडिया पर वायरल हो रही है। जन नानक प्रभु सदा त्याए कर कृपा अपनी भक्ति लाए जन नानक प्रभु सदा त्याए जन नानक प्रभु सदा त्याए वाहे गुरु
ਦਾ ਧਿਆਨ ਵੀ ਕਰਦੇ ਨੇ, ਉਹਨਾਂ ਦਾ ਨਾਂ ਵੀ ਲੈਂਦੇ ਨੇ। ਇਹ ਮੇਰੀ ਪ੍ਰਾਰਥਨਾ ਹੈ, ਕੋਈ ਮੇਰੀ ਅਰਦਾਸ ਨਹੀਂ ਹੈ ਜੀ। ਕਰਨ ਕਰਾਉਣ ਹਾਰ ਤੂੰ, ਉਹਨਾਂ ਨੇ ਆਪ ਸੋਚ ਰੱਖਿਆ ਕਿ ਉਹਨਾਂ ਨੇ ਮੇਰੇ ਤੋਂ ਕੀ ਕਰਵਾਉਣਾ ਹੈ। ਪਹਿਲਾਂ ਮੇਰੇ ਤੋਂ ਨੌਕਰੀ ਕਰਵਾ ਰਹੇ ਸੀ, ਉਹ ਨੌਕਰੀ ਛਡਵਾਈ ਹੈ ਤਾਂ ਕੁਛ ਨਾ ਕੁਛ ਤਾਂ ਕਰਵਾਉਣਾ ਹੀ ਹੋਣਾ ਉਹਨਾਂ ਨੇ ਮੇਰੇ ਤੋਂ। ਇਸ ਕਰਕੇ ਮੇਰੀ ਆਪਣੀ ਕੋਈ ਮੇਰੀ ਤੁਹਾਡੇ ਮਨ ਦੀ ਕੋਈ ਅਰਦਾਸ ਹੋਏ ਤਾਂ ਤੁਸੀਂ ਜ਼ਰੂਰ ਮੰਗ ਸਕਦੇ ਹੋ ਇੱਥੇ ਬਾਬਾ ਕੋਲ ਆ ਕੇ। ਮੈਂ ਅੱਜ ਵੀ ਖੁਸ਼ ਹਾਂ, ਕੱਲ ਵੀ ਖੁਸ਼ ਸੀ। ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਪਰਮਾਤਮਾ ਮੈਨੂੰ ਐਵੇਂ ਖੁਸ਼ੀ ਰੱਖੇਗਾ, ਤੁਹਾਡੇ ਸਾਰਿਆਂ ਦੇ ਨਾਲ ਐਵੇਂ ਖੁਸ਼ੀਆਂ ਵਰਤਾਏਗਾ, ਜਿਸ ਵੀ ਹਾਲ ਚ ਰੱਖੇਗਾ ਉਹਦਾ ਬੱਚਾ ਬਣ ਕੇ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਾਂਗੀ। ਉਹਦੀ ਮਰਜ਼ੀ ਹੈ ਉਹਨੇ ਕੀ ਮੇਰੇ ਤੋਂ ਕਰਵਾਉਣਾ ਹੈ। ਮੈਂ ਤਾਂ ਇਹੀਓ ਕਹਿੰਦੀ ਹਾਂ ਕਿ ਕਰਨ ਕਰਾਵਣ ਹਾਰ ਤੂੰ, ਤੈਨੂੰ ਪਤਾ ਹੈ ਕਿ ਕੀ ਮੇਰੇ ਵਾਸਤੇ ਠੀਕ ਹੈ, ਕਿ ਸਾਰਿਆਂ ਵਾਸਤੇ ਠੀਕ ਹੈ, ਉਹ ਉਹਨੇ ਕਰਵਾਉਣਾ। ਤੁਸੀਂ ਜ਼ਰੂਰ ਇਹਨਾਂ ਦੇ ਕਹਿਣ ਦੇ ਆਪਣੀ ਅਰਦਾਸ ਰੱਖ ਸਕਦੇ ਹੋ। ਆਪਣੇ ਗੁਰੂ ਗ੍ਰੰਥ ਸਾਹਿਬ ਦੇ ਇੱਥੇ ਤੁਸੀਂ ਆਏ ਹੋ ਤਾਂ ਮੈਂ ਬਹੁਤ ਬਹੁਤ ਤੁਹਾਡੇ ਸਾਰਿਆਂ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ। ਅਤੇ ਮੈਂ ਇੱਕ ਹੋਰ ਰਿਕੁਐਸਟ ਕਰਾਂਗੀ ਕਿ ਬਿਨਾਂ ਲੰਗਰ ਲੈਣ ਤੋਂ ਇੱਥੇ, ਬਿਨਾਂ ਭੋਜਨ ਕਰਦੇ ਤੁਸੀਂ ਕਿਸੇ ਨੇ ਨਹੀਂ ਜਾਣਾ ਨਹੀਂ, ਪ੍ਰਸ਼ਾਦਾ ਤੁਸੀਂ ਜ਼ਰੂਰ ਛੱਕ ਕੇ ਜਾਣਾ। ਅਤੇ ਬਹੁਤ 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 ਮੈਂ ਧੰਨਵਾਦੀ ਹਾਂ ਕਿ ਜਿਹੜਾ ਛੋਟਾ ਜਿਹਾ ਇਹ ਪਰਮਪਿਤਾ ਪਰਮਾਤਮਾ ਨੇ ਮੈਨੂੰ ਇੱਕ ਕੁੰਜ ਇੱਥੇ ਬਖਸ਼ਿਆ, ਕੁਟੀਆ ਇੱਥੇ ਬਖਸ਼ੀ ਹੈ, ਉਹਦੀ ਖੁਸ਼ੀ 'ਚ ਤੁਸੀਂ ਸਾਰਿਆਂ ਦੀ ਸੰਖਿਆ 'ਚ ਇੱਥੇ ਪਹੁੰਚੇ ਹੋ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ। ताज़ा अपडेट्स के लिए अर्थप्रकाश टीवी को सब्सक्राइब करें और बेल आइकन को प्रेस करें।